ਬਾਈ ਭਾਈ ਵਾਲਾ ਪਲੀਜ਼ ਸਾਨੂੰ ਮਿਲ ਲੈ ਜੀ ਆ ਕੇ ਕਬੱਡੀ 365.com ਦਾ ਬਹੁਤ ਬਹੁਤ ਧੰਨਵਾਦ ਸਵਰਗਵਾਸੀ ਮੁਖਤਿਆਰ ਸਿੰਘ ਜੀ ਵੱਜ ਗਏ ਉਹਨਾਂ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ ਸਾਰੇ ਨਗਰ ਦਾ ਇਸ ਇਲਾਕੇ ਨੂੰ ਬਹੁਤ ਵੱਡੀ ਮੁਬਾਰਕਬਾਦ ਮੈਂ ਵੀ ਕੰਤੂ ਹਲਵਾਈ ਸਾਹਿਬ ਜੀ ਵੱਲੋਂ ਇੱਕ ਟੀਮ ਦਿੱਤਾ ਜਾਣਾ ਬਹੁਤ ਬਹੁਤ ਧੰਨਵਾਦ ਸਰਬਜੀਤ ਸਿੰਘ ਜੀ ਆਸਟ੍ਰੇਲੀਆ ਹਾਂਜੀ ਪਲੀਜ਼ ਵੀਰੇ ਹਾਂ ਵੀਰੇ ਅੱਜ ਮੈਂ ਵਾਲਾ ਗਾਣਾ ਯਾਰ ਕਿਹੜਾ ਜੀ ਹਾਂ ਉਹ ਆਪਣਾ ਗਾਣਾ ਵੀਰੇ ਕਿੰਦਰਜੀਤ ਨਿੱਕੂ ਦਾ ਹਾਂ ਵੀਰੇ ਉਹ ਆਪਣੇ ਵੀਰੇ ਬਾਹਰ ਲਿਓ ਹਾਂਜੀ ਸਾਹਿਬਜੀਤ ਸਿੰਘ ਜੀ ਕੈਨੇਡਾ ਉਹਨਾਂ ਦਾ ਵੀ ਇਸ ਟੂਰਨਾਮੈਂਟ ਨੂੰ ਬਹੁਤ ਵੱਡਾ ਸਹਿਯੋਗ ਹੈ ਬਹੁਤ ਬਹੁਤ ਧੰਨਵਾਦ ਬਾਹਰਲੇ ਵੀਰਾਂ ਦੇ ਫੋਨ ਆਏ ਸੀਗੇ ਕਹਿੰਦੇ ਤਾਜ ਮਹਿਲ ਵਾਲਾ ਗਾਣਾ ਆਪਣਾ ਥੋੜੇ ਦਿਨਾਂ 'ਚ ਆਉਣਾ ਇੰਦਰਜੀਤ ਨਿੱਕੂ ਨੇ ਗਾਇਆ ਉਹ ਸੀਗਾ ਕਹਿੰਦਾ ਜਦੋਂ ਹੁੰਦੇ ਸੀ ਪੰਜਾਬ ਵਿਹਲੇ ਰਹਿੰਦੇ ਸੀ ਨਵਾਬ ਇੱਕ ਦਿਨ ਜਾਣਾ ਆਪਾਂ ਬਾਹਰਲੇ ਮੁਲਕ ਜਦੋਂ ਹੁੰਦੇ ਸੀ ਪੰਜਾਬ ਵਿਹਲੇ ਰਹਿੰਦੇ ਸੀ ਜਨਾਬ ਕਿ ਇੱਕ ਦਿਨ ਜਾਣਾ ਆਪਾਂ ਬਾਹਰਲੇ ਮੁਲਕ ਭਾਵੇਂ ਵਿਕ ਜੇ ਜ਼ਮੀਨ ਪੈਲੀ ਸਾਰਾ ਜੱਟ ਦਾ ਕਿ ਬੇਸਮੈਂਟ ਵਿੱਚ ਹੁਣ ਕਰੀਦਾ ਗੁਜ਼ਾਰਾ ਪਿੰਡ ਤਾਜ ਮਹਿਲ ਵਰਗਾ ਜਵਾਰਾ ਜੱਟ ਦਾ ਜਿਹੜੇ ਬਾਹਰ ਚਲੇ ਜਾਂਦੇ ਹੋ ਉਧਰ ਬੇਸਮੈਂਟਾਂ 'ਚ ਰਹਿਣਾ ਪੈਂਦਾ ਇੱਧਰ ਚਵਾਰੇ ਜਿਹੜੇ ਸਭ ਦੇ ਤਾਜ ਮਹਿਲਾਂ ਵਰਗੇ ਆ ਹਾਂ ਹਾਂ ਵੀਰੇ ਕੋਈ ਗੱਲ ਨਹੀਂ ਉਹ ਸੀਗਾ ਫਿਰ ਅਗਲਾ ਪਿਆਰ 'ਚ ਕਹਿੰਦਾ ਹੁੰਦਾ ਪਤਾ ਇੱਥੇ ਆ ਕੇ ਲੱਗਿਆ ਜਵਾਨ ਕਿਹਨੂੰ ਕਹਿੰਦੇ ਨੇ ਹੁੰਦਾ ਕੀ ਬਜ਼ੁਰਗ ਰਕਾਨ ਕਿਹਨੂੰ ਕਹਿੰਦੇ ਨੇ ਪਤਾ ਇੱਥੇ ਆ ਕੇ ਲੱਗਿਆ ਜਵਾਨ ਕਿਹਨੂੰ ਕਹਿੰਦੇ ਨੇ ਹੁੰਦਾ ਕੀ ਬਜ਼ੁਰਗ ਰਕਾਨ ਕਿਹਨੂੰ ਕਹਿੰਦੇ ਨੇ ਕਿ ਇੰਡੀਆ ਜਵਾਨਾਂ ਦੇ ਵੀ ਦੁੱਖਦੇ ਨੇ ਗੋਡੇ ਦੇਸ਼ ਨਸ਼ਿਆਂ ਨੇ ਪੱਟ ਦਿੱਤਾ ਸਾਰਾ ਜੱਟ ਦਾ ਬੇਸਮੈਂਟ ਵਿੱਚ ਇੱਥੇ ਕਰੀਦਾ ਗੁਜ਼ਾਰਾ ਪਿੰਡ ਤਾਜ ਮਹਿਲ ਵਰਗਾ ਜਵਾਰਾ ਜੱਟ ਦਾ ਠੀਕ ਹੈ ਜੀ ਧੰਨਵਾਦ ਵੀਰੇ ਚੱਲ ਹੁਣ ਵੀਰੇ ਸੁਣੋ ਪਲੀਜ਼ ਚੰਗਾ ਇੱਕ ਨਹੀਂ ਨਹੀਂ ਪੈ ਧਿਆਨ ਗੱਲ ਨਹੀਂ ਕੋਈ ਹਾਂ ਵੀਰੇ ਇੱਕ ਪੈਰਾ ਉਹਦਾ ਬਸ ਪਲੀਜ਼ ਫਿਰ ਮੈਨੂੰ ਦਿਓ ਆ ਗਿਆ ਉਹ ਸੀਗਾ ਕਹਿੰਦਾ ਮੰਨਿਆ ਕਿ ਬਿੱਲੋ ਸਾਡੀ ਏਰੀਏ 'ਚ ਲੋਟ ਸਿੱਧੇ ਸਾਧੇ ਬੰਦੇ ਨਾ ਦਿਲਾਂ 'ਚ ਕੋਈ ਖੋਟ ਇੱਕ ਗੱਲ ਸੱਚੀ ਜਾਣੀ ਪਰ ਕਿਸੇ ਦਾ ਨਾ ਪਾਣੀ ਪਰ ਪਲਾਂ ਵਿੱਚ ਦੁੱਧ ਪਾਣੀ ਛਾਣ ਦਿੰਦੇ ਆ ਸਾਨੂੰ ਘੋੜੀਆਂ ਤੇ ਕੁੜੀਆਂ ਦੀ ਪਰਖ ਬੜੀ ਨੀ ਦੂਰੋਂ ਨੁਕਰੀ ਤੇ ਫੁਕਰੀ ਪਛਾਣ ਦਿੰਦੇ ਆ ਠੀਕ ਹੈ ਜੀ ਧੰਨਵਾਦ ਵੀਰੋ ਵੀਰੇ ਉਹਨਾਂ ਦਾ ਸਾਰੇ ਕਲੱਬ ਵਾਲਿਆਂ ਦਾ ਤੇ ਮਾਣੂ ਕਾਲੇ ਕਾਬਲ ਉਹਨਾਂ ਦਾ ਜੈਲੇ ਉਹਨਾਂ ਦਾ ਕਲਦੀਪ ਉਹਨਾਂ ਦਾ ਸਾਰਿਆਂ ਦਾ ਸਰਬਜੀਤ ਆਸਟ੍ਰੇਲੀਆ ਉਹਨਾਂ ਦਾ ਧੰਨਵਾਦ ਵੀਰੋ ਜੀਤੇ ਦਾਉਦਰ ਵੱਲੋਂ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਬਹੁਤ ਸਾਰਾ ਮਾਨ ਸਨਮਾਨ ਜੀ ਬਹੁਤ ਬਹੁਤ ਧੰਨਵਾਦ ਲੈ ਵੀ ਇੱਧਰਲੇ ਪਾਸੇ ਮਾਨਾਂ ਸਨਮਾਨਾਂ ਦੀ ਗੱਲ ਹੋਣੀ ਆ ਬਿੱਟੂ ਅਮਨਾ ਛੋਟਾ 75 ਕਿਲੋ ਦੇ ਪਹਿਲੇ ਦੂਜੇ ਫਸਟ ਘੋਲੀਆ ਸੈਕਿੰਡ ਕੜਿਆਲ ਦੋਨੇ ਟੀਮਾਂ ਆਪੋ ਆਪਣੇ ਨਾਮ ਲੈ ਲੈਣ ਜੀ ਸੈਕਿੰਡ ਘੋਲੀਆ ਫਸਟ ਘੋਲੀਆ ਹੈਪੀ ਮਾਣੂ ਕੇ ਅਗਲੀ ਗੱਲਬਾਤ ਕਰੂਗਾ ਬਈ ਆ ਜਾ ਨਾਨਕੇ ਪਿੰਡ ਆ ਤੇਰਾ ਸੁਣਾ ਦੇ ਗੋਰਖਾ ਸਰਪੰਚ ਉਹ ਇੱਥੇ ਆ ਜਾਣ ਸਟੇਜ ਕੋਲੇ ਨਾਮ ਦੇਣੇ ਆ ਜੀ ਛੋਟਾ ਹਾਂਜੀ 75 ਦਾ ਪਹਿਲਾ ਨਾਮ ਟੀਮ ਆ ਜਾਏ ਗਰਾਊਂਡ ਦੇ ਵਿੱਚ ਘੋਲੀਏ ਦੀ ਠੀਕ ਹੈ ਜੀ ਅਗਲੀ ਟੀਮ ਕੜਿਆਲ ਜ਼ਿਲ੍ਹਾ ਛੋਟੇ ਆਪਣੇ ਨਾਮ ਦਵਾਈ ਯਾਰ ਦਲਵਾਗ ਕਿੱਥੇ ਆ ਦਲਵਾਗ ਆ ਜਾ ਘੋਲੀਏ ਦੀ ਟੀਮ ਨੂੰ ਪਹਿਲਾ ਨਾਮ ਦਿੱਤਾ ਜਾ ਰਿਹਾ ਹੈ ਸਵਰਗ ਵਾਸੀ ਨਿਹਾਲ ਸਿੰਘ ਜੀ ਦੇ ਪਰਿਵਾਰ ਦੇ ਵੱਲੋਂ ਸਾਡਾ ਵੀਰ ਗੋਰਖੇ ਹੋਣੀ 31,000 ਰੁਪਈਆ ਕਬੱਡੀ 75 ਕਿਲੋ ਦਾ ਪਹਿਲਾ ਇਨਾਮ ਦਿੱਤਾ ਜਾ ਰਿਹਾ ਇਹਨਾਂ ਵੀਰਾਂ ਵੱਲੋਂ ਸਵਰਗਵਾਸੀ ਨਿਹਾਲ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਵੱਲੋਂ 31,000 ਰੁਪਈਏ ਦੀ ਰਾਸ਼ੀ ਦਿੱਤੀ ਗਈ ਸੀਗੀ ਇਸ ਕਬੱਡੀ ਕੱਪ ਦੇ ਲਈ ਕਬੱਡੀ 75 ਕਿਲੋ ਦਾ ਫਸਟ ਇਨਾਮ ਵਾਧੂ ਘਾਟੂ ਬਾਈ ਆਪਾਂ ਆਪ ਹੀ ਤੁਰ ਫਿਰ ਕੇ ਸਾਈਡ ਤੇ ਹੋ ਜਾਈਏ ਸਭਾ ਕੁ ਵਾਸਿਆਂ ਜੀ ਕਾਂਤੂ ਬਾਈ ਦਵਾਊਗਾ ਨਾਮ ਬਾਈ ਕਾਂਤੂ ਹਾਂਜੀ ਟੂਰਨਾਮੈਂਟ ਕਮੇਟੀ ਦੇ ਮੈਂਬਰ ਤੇ ਜਿਹੜੇ ਪਰਿਵਾਰਾਂ ਨੇ ਸਾਨੂੰ ਇਨਾਮ ਦਿੱਤੇ ਆ ਉਹੀ ਪਰਿਵਾਰ ਹੋਣਗੇ ਬਾਕੀ ਮੇਰੇ ਵੀਰ ਸੰਕੋਚ ਕਰਨ ਇਹ ਬਹੁਤ ਵਧੀਆ ਪ੍ਰੋਗਰਾਮ ਹੋਇਆ ਆਪਣਾ ਤੇ ਇਹਨੂੰ ਆਪਾਂ ਬਹੁਤ ਵਧੀਆ ਢੰਗ ਨਾਲ ਨੇਪਰੇ ਚਾੜਿਆ ਤੇ ਨੈਟ ਤੇ ਆਪਣੇ ਚੱਲ ਰਿਹਾ ਮੈਚ ਇਸ ਕਰਕੇ ਦੂਜਾ ਨਾਮ ਕੰਡਿਆਲ ਦੀ ਟੀਮ ਕੰਡਿਆਲ 75 ਦਾ ਦੂਜਾ ਨਾਮ
ਧਰਮਾਂ ਛੇਤੀ ਆਵੇ ਕਪੜਾ ਸਮਾਨ ਚਾ ਕੇ ਭੱਜ ਜਾ। ਰਣਜੀਤ ਸਿੰਘ, ਰਣਜੀਤ ਮੇਰਾ ਵੀਰ ਇੱਥੇ ਹੈਗਾ ਤਾਂ ਪੁੱਜੇ, ਉਹਨਾਂ ਦੇ ਪਰਿਵਾਰ ਵੱਲੋਂ ਦੂਜਾ ਨਾਮ ਦਿੱਤਾ ਗਿਆ 21,000 ਦਾ 75 ਦਾ, ਕੰਡਿਆਲ ਦੀ ਟੀਮ ਨੂੰ 21,000 ਦਾ 75 ਦਾ ਪ੍ਰਾਈਜ਼, ਦੂਜਾ ਨਾਮ ਰਣਜੀਤ ਸਿੰਘ ਲਾਭਾ ਡੈਨਮਾਰਕ ਵਾਲੇ ਉਹਨਾਂ ਵੱਲੋਂ ਦਿੱਤਾ ਗਿਆ। ਚਲੋ ਟੂਰਨਾਮੈਂਟ ਕਮੇਟੀ ਦੇਊਗੀ ਜੀ ਇਹ ਨਾਮ। ਹੈਲੋ, ਟੂਰਨਾਮੈਂਟ ਕਮੇਟੀ ਬਾਈ ਦੀਪੇ ਪ੍ਰਧਾਨ ਹੁਣੀ ਨਾਮ ਦੇ ਰਹੇ ਆ। ਸੈਕੰਡ ਕਰਦਾ ਮੈਂ। ਹੈਲੋ, ਆ ਗੱਡੀ ਸਾਹਮਣੇ ਖੜੀ ਆ 99-84। ਹਾਂਜੀ ਬਾਈ ਜੀ, ਬੈਸਟ ਜਿਹੜੇ 75 ਕਿਲੋ ਦੇ ਆ ਉਹਨਾਂ ਨੂੰ ਵੀ ਦੇਸੀ ਘਿਓ ਦੇ ਪੀਪੇ ਦੇਣੇ ਆ। ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਜੰਡ ਸਾਹਿਬ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਜਾਣੇ ਆ ਦੇਸੀ ਘਿਓ ਦੇ ਪੀਪੇ। ਉਹ ਮੇਰੇ ਵੀਰ ਲੱਖੀ ਘੋਲੀਆ, ਗਗਨ ਅਮਨ ਚੰਦ ਪ੍ਰਾਣਾ ਤੇ ਗਗਨ ਕਠਾਲਾ, ਇਹ ਜੁਆਇੰਟ ਰੇਡਰ ਸੀਗੇ। ਇਹਨਾਂ ਨੂੰ ਦਿੱਤਾ ਜਾਊਗਾ ਇੱਕ ਦੇਸੀ ਘਿਓ ਦਾ ਪੀਪਾ ਤੇ ਇੱਕ ਪੀਪਾ ਲੱਖੀ ਘੋਲੀਆ। ਘਿਓ ਵਾਲੇ ਪੀਪੇ ਲਿਆਓ ਜੀ 75 ਕਿਲੋ ਵਾਲੇ। ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਜੰਡ ਸਾਹਿਬ ਰਾਉਕੇ ਕਲਾਂ ਦੇ ਪ੍ਰਬੰਧਕ ਕਮੇਟੀ ਵੱਲੋਂ ਦੇਸੀ ਘਿਓ ਦੇ ਪੀਪੇ ਦਿੱਤੇ ਜਾਣੇ ਆ। ਸਾਡੇ ਕਮੇਟੀ ਮੈਂਬਰ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਬਕਾ ਸਰਪੰਚ ਗੁਰਦੇਵ ਸਿੰਘ ਜੀ ਤੇ ਸਮੂਹ ਕਮੇਟੀ ਮੈਂਬਰ ਵੱਲੋਂ ਰੇਡਰ ਗਗਨ ਕਠਾਲਾ, ਅਮਨ ਚੰਦ ਪ੍ਰਾਣਾ। ਤਾੜੀਆਂ ਮਾਰ ਦਿਓ ਦਰਸ਼ਕ ਵੀਰੋ, 75 ਕਿਲੋ ਦੇ ਵਿੱਚੋਂ ਬੈਸਟ ਇਹਨਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਉਕੇ ਕਲਾਂ ਜੰਡ ਸਾਹਿਬ ਵੱਲੋਂ ਦੇਸੀ ਘਿਓ ਦਾ ਪੀਪਾ ਦਿੱਤਾ ਗਿਆ ਏ। ਦੂਸਰਾ ਪੀਪਾ ਲੱਕੀ ਘੋਲੀਆ, ਬੈਸਟ ਜਾਫੀ ਕਬੱਡੀ 75 ਕਿਲੋ ਦੇ ਵਿੱਚ 6 ਟੱਚ 4 ਜੱਫੇ ਲੱਕੀ ਘੋਲੀਆ। ਇੱਕ ਪੀਪਾ ਹੋਰ ਜੀ, ਇੱਕ ਪੀਪਾ ਜਾਫੀ ਦਾ, ਇਹ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਜੀ ਤੇ ਪ੍ਰਧਾਨ ਗੁਰਦੇਵ ਸਿੰਘ ਜੀ ਸਰਪੰਚ। ਬਾਈ ਥੋੜਾ ਜਿਹਾ ਦਾਇਰਾ ਖੁੱਲਾ ਕਰੋ, ਦਾਇਰਾ ਖੁੱਲਾ ਕਰੋ ਬਾਈ ਜੀ। ਲੱਖੀ ਘੋਲੀਆ ਆਪਣਾ ਬੈਸਟ ਦਾ ਦੇਸੀ ਘਿਓ ਦਾ ਪੀਪਾ ਲਿਆਓ ਜੀ ਇੱਕ। ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਾ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੈਸਟ ਜਾਫੀ ਤੇ ਰੇਡਰ ਨੂੰ ਦੋ ਪੀਪੇ ਦਿੱਤੇ ਗਏ ਆ। ਹੈਲੋ, 99-84 ਗੱਡੀ ਖੜੀ, ਮੇਰੇ ਨਾਲ ਸੰਪਰਕ ਕਰੇ ਸਾਊਂਡ ਵਾਲੇ ਨਾਲ। 99-84 ਸਾਹਮਣੇ ਮਿੰਦਰਾ ਗੱਡੀ ਖੜੀ, ਮੇਰੇ ਨਾਲ ਸੰਪਰਕ ਕਰੇ ਸਾਊਂਡ ਵਾਲੇ ਨਾਲ। 99-84 ਬਹੁਤ ਬਹੁਤ ਧੰਨਵਾਦ ਟੂਰਨਾਮੈਂਟ ਕਮੇਟੀ ਵੱਲੋਂ, ਗੁਰਦੁਆਰਾ ਜੰਡ ਸਾਹਿਬ ਕਮੇਟੀ ਦਾ, ਰਾਉਕੇ ਕਲਾਂ ਦੀ ਗੁਰਦੁਆਰਾ ਜੰਡ ਸਾਹਿਬ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਪ੍ਰਧਾਨ ਸਰਦਾਰ ਗੁਰਦੇਵ ਸਿੰਘ ਜੀ, ਸਾਬਕਾ ਸਰਪੰਚ ਰਾਉਕੇ ਕਲਾਂ, ਇਹਨਾਂ ਦਾ ਸਮੂਹ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਬਾਈ ਜੀ ਗਰਾਊਂਡ, ਬਾਈ ਜੀ ਗਰਾਊਂਡ ਵਿਹਲਾ ਹੋਊਗਾ, ਵਾਧੂ ਬੰਦਾ ਨਾ ਜਾਵੇ। ਕਮੇਟੀ ਮੈਂਬਰ ਤੇ ਜਿਹੜੇ ਪਰਿਵਾਰਾਂ ਨੇ ਪ੍ਰਾਈਜ਼ ਦੇਣਾ ਹੈ ਉਹ ਪਰਿਵਾਰ ਗਰਾਊਂਡ ਦੇ ਵਿੱਚ ਜਾਣਗੇ, ਬਾਕੀ ਕੋਈ ਬੰਦਾ ਨਾ ਆਵੇ ਗਰਾਊਂਡ ਦੇ ਵਿੱਚ। ਹੱਥ ਬੰਨ ਕੇ ਬੇਨਤੀ ਆ, ਆਪਣਾ ਟੂਰਨਾਮੈਂਟ ਬਹੁਤ ਵਧੀਆ ਢੰਗ ਨਾਲ ਨਿਬੜਿਆ, ਬਹੁਤ ਬਹੁਤ ਧੰਨਵਾਦ। ਅਕੈਡਮੀਆਂ ਦਾ ਪਹਿਲਾ ਨਾਮ ਆਜ਼ਾਦ ਕਲੱਬ ਐਡਮਿੰਟਨ ਕੱਲ ਕਲਾਂ, ਕੱਲ ਕਲਾਂ ਦੀ ਟੀਮ ਨੂੰ ਬਹੁਤ ਹੀ ਵਧੀਆ ਕੱਪ, ਜਿਹੜੇ ਲੀਗ ਦੇ ਮੈਚ ਹੋਏ ਸੀ ਉਹਨਾਂ ਦੇ ਵਿੱਚ ਕੱਪ ਦਿੱਤੇ ਗਏ ਆ, ਉਹੀ ਕੱਪ ਅੱਜ ਰਾਉਕੇ ਕਲਾਂ ਦੇ ਕਬੱਡੀ ਕੱਪ ਤੇ ਵੀ ਦਿੱਤੇ ਜਾਣੇ ਆ, ਉਹੀ ਕੱਪ। ਪਹਿਲਾ ਨਾਮ ਹਾਂਜੀ, ਉਹ ਬਾਈ ਜੀ ਦਾਇਰਾ ਖੁੱਲਾ ਕਰੋ, ਉਹ ਦਾਇਰਾ ਖੁੱਲਾ ਕਰੋ ਬਾਈ। ਹੈਲੋ, ਸਾਹਮਣੇ ਗੱਡੀ ਖੜੀ ਆ, ਸਾਰੇ ਬਹਿ ਜਾਓ ਵੀਰ। ਬਾਈ ਜੀ ਟੋਨਾ ਬਾਰੇ ਵਾਲ ਜਥੇਦਾਰ ਹਾਕਮ ਸਿੰਘ ਜੀ ਟੋਨਾ, ਰਾਮ ਸਿੰਘ ਜੀ ਰਾਮਾ ਸਰਪੰਚ ਮਾਣੂ ਕੇ ਗਿਆ, ਧਰਮਿੰਦਰ ਤੇ ਕੀਪਾ ਇਹ ਵੀ ਬਾਈ ਜੀ ਪਹੁੰਚਣਾ, ਰਾਮਾ ਸਰਪੰਚ ਮਾਣੂ ਕੇ, ਕੁਲਦੀਪ ਬੰਬੀਆ ਬਾਈ ਆਜ਼ਾਦ ਕਲੱਬ ਐਡਮਿੰਟਨ। ਬਾਈ ਜੀ ਬੈਠੋ, ਬਾਈ ਜੀ ਉਹਨੇ ਕੋਈ ਨਾ ਬੈਠੋ।
ਉਹ ਬੈਠਣ ਦਿਓ, ਬੈਠਣ ਬੈਠਣ ਦਿਓ, ਬੈਠਣ ਦਿਓ ਕੋਈ ਨਾ। ਧੰਨਵਾਦ। ਇਹ ਪਹਿਲਾ ਨਾਮ ਅਕੈਡਮੀ ਦਾ 1,00,000 ਰੁਪਈਆ ਸਰਦਾਰ ਗੰਤਾ ਸਿੰਘ ਜੀ। ਹੈਲੋ 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 ਹਾਂਜੀ, ਪਹਿਲਾ ਨਾਮ ਗੰਤਾ ਸਿੰਘ ਜੀ ਮੱਲ ਸਵਰਗ ਵਾਸੀ, ਤੇ ਬਚਨ ਸਿੰਘ ਜੀ ਮੈਂਬਰ, ਤੇ ਬਾਈ ਅਵਤਾਰ ਸਿੰਘ ਜੀ ਤਾਰ USA ਵਾਲੇ, ਇਹਨਾਂ ਤਿੰਨਾਂ ਪਰਿਵਾਰਾਂ ਵੱਲੋਂ 1,00,000 ਰੁਪਈਏ ਦਾ ਨਾਮ ਬਾਈ ਪ੍ਰੀਤ ਸਿੰਘ ਜੀ ਪੀਤਾ, ਤੇ ਸਾਬਕਾ ਸਰਪੰਚ ਗੁਰਦੇਵ ਸਿੰਘ ਜੀ, ਤੇ ਸਾਡੇ ਸਤਿਕਾਰਯੋਗ ਰਾਮ ਸਿੰਘ ਜੀ ਇਹ ਵੀ ਦੇ ਰਹੇ ਨੇ ਪਹਿਲਾ ਨਾਮ, ਤੇ ਅਗਲੇ ਸਾਲ ਦਾ ਵੀ ਪਹਿਲਾ ਨਾਮ ਇਹਨਾਂ ਵੱਲੋਂ ਦਿੱਤਾ ਜਾਊਗਾ। ਇੱਕ ਲੱਖ ਰੁਪਈਏ ਦਾ ਪਹਿਲਾ ਨਾਮ ਇਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਗਿਆ। ਹਾਂਜੀ, ਕਬੱਡੀ ਅਕੈਡਮੀ ਦੂਜਾ ਨਾਮ ਰਾੜਾ ਸਾਹਿਬ, ਬਾਈ ਜੀ ਜਗਤਾਰ ਤਨੌਲਾ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਵਧੀਆ ਟੀਮ ਲਿਆਂਦੀ, ਨੋਨਾ ਪੈਣੀ ਬੜੈਂਗ, ਇਹਨਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ, ਅੱਜ ਕਮਾਲ ਹੋ ਗਈ ਰਾਉਕੇ ਕਲਾਂ ਦੇ ਕਬੱਡੀ ਕੱਪ ਦੀ, ਬਹੁਤ ਬਹੁਤ ਵਧਾਈਆਂ। ਦੂਜਾ ਪ੍ਰਾਈਜ ਰਾੜਾ ਸਾਹਿਬ ਕਬੱਡੀ ਕਲੱਬ। ਦੂਜਾ ਪ੍ਰਾਈਜ ਬਾਈ ਸੀਰ ਸਿੰਘ ਜੀ ਨਿਹਾਲ ਸਿੰਘ ਸਰਪੰਚਾਂ ਦੇ ਪਰਿਵਾਰ ਚੋਂ, ਬਾਈ ਜਿੰਦਰ ਸਿੰਘ ਜੀ ਨਿਹਾਲ ਸਿੰਘ ਸਰਪੰਚ ਦਾ ਲੜਕਾ, ਉਹਨਾਂ ਵੱਲੋਂ ਵੀ ਸਾਡੀ ਕਮੇਟੀ ਨੂੰ ਬਹੁਤ ਸਹਿਯੋਗ ਦਿੱਤਾ ਗਿਆ, ਤੇ ਇਹ ਦੂਜਾ ਪ੍ਰਾਈਜ ਰਾੜਾ ਸਾਹਿਬ ਕਬੱਡੀ ਕਲੱਬ ਨੂੰ ਦਿੱਤਾ ਜਾ ਰਿਹਾ। ਸੰਤੀਸ਼ਰ ਸਿੰਘ ਜੀ ਰਾੜਾ ਸਾਹਿਬ ਕਬੱਡੀ ਕਲੱਬ ਦੂਜਾ ਪ੍ਰਾਈਜ 75,000 ਰੁਪਈਆ ਪਲੱਸ ਕੱਪ, ਇਹ ਕੱਪ ਵੀ ਸਾਡੀ ਟੂਰਨਾਮੈਂਟ ਕਮੇਟੀ ਨੇ ਬਹੁਤ ਵਧੀਆ ਬਣਾਇਆ, ਬਹੁਤ ਬਹੁਤ ਧੰਨਵਾਦ। ਇਹਨਾਂ ਨੂੰ ਕੱਪ ਦਿੱਤਾ ਜਾ ਰਿਹਾ, ਦੂਜਾ ਪ੍ਰਾਈਜ 75,000 ਰੁਪਈਆ ਪਲੱਸ ਕੱਪ ਰਾੜਾ ਸਾਹਿਬ ਕਬੱਡੀ ਕਲੱਬ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ, ਹਾਂਜੀ ਕਾਬਲ ਸਿੰਘ USA, ਇਹਨਾਂ ਵੱਲੋਂ ਦੂਜਾ ਪ੍ਰਾਈਜ ਆ ਕਾਬਲ ਸਿੰਘ ਜੀ ਮਾਣੂਕੇ USA 75,000 ਰੁਪਈਏ ਦਾ ਦੂਜਾ ਪ੍ਰਾਈਜ ਅਕੈਡਮੀਆਂ ਦਾ ਇਹਨਾਂ ਵੱਲੋਂ ਆ। ਬੈਸਟ ਰੇਟਰ ਬੈਸਟ ਜਾਫੀ ਬਲਵੀਰ ਸਿੰਘ ਜੀ ਹਲਵਾਈ, ਉਹਨਾਂ ਵੱਲੋਂ ਬੈਸਟ ਜਾਫੀ ਨੂੰ ਘਿਓ ਦਾ ਪੀਪਾ ਸੋਨਾ ਬਾਂਦਰ ਡੋੜ, ਸੋਨਾ ਬਾਂਦਰ ਡੋੜ, 8 ਟੱਚ 7 ਜੱਫੇ, ਬਹੁਤ ਹੀ ਵਧੀਆ ਪ੍ਰਦਰਸ਼ਨ ਆ ਸੋਨਾ ਬਾਂਦਰ ਡੋੜ। ਬੈਸਟ ਰੇਡਰ ਕਾਲਾ ਹਮੀਦੀ ਸਿਕੰਦਰ ਮਾੜੀ, ਇਹਨਾਂ ਨੂੰ ਟੂਰਨਾਮੈਂਟ ਕਮੇਟੀ ਵੱਲੋਂ ਘਿਓ ਦਾ ਪੀਪਾ ਦਿੱਤਾ। ਕਾਬਲ ਗਿੱਲ ਜੈਲਾ ਧੂੜਕੋਟ ਵਾਲਾ ਤੇ ਬਿੰਦਰ ਵਧਨੀ, ਜਿੰਨੇ ਵੀ ਪੈਸੇ ਸਾਡੀ ਟੂਰਨਾਮੈਂਟ ਕਮੇਟੀ ਇਹਨਾਂ ਨੂੰ ਕਹੂਗੀ ਓਨੇ ਹੀ ਇਹ ਸਾਡਾ ਸਹਿਯੋਗ ਦੇਣਗੇ, ਬਹੁਤ ਬਹੁਤ ਧੰਨਵਾਦ। ਹਾਂਜੀ ਕਾਲਾ ਹਮੀਦੀ ਸਿਕੰਦਰ ਮਾੜੀ ਸੋਨਾ ਬਾਂਦਰ ਡੋੜ, ਤਿੰਨੇ ਪਲੇਅਰ ਗਰਾਊਂਡ ਦੇ ਵਿੱਚ ਆ ਜਾਓ। ਜਥੇਦਾਰ ਹਾਕਮ ਸਿੰਘ ਜੀ ਟੋਨਾ ਵੀ ਸਾਡੇ ਕੋਲੇ ਪੁੱਜੇ ਵੇ ਨੇ, ਸੋਨਾ ਬਾਂਦਰ ਡੋੜ ਸਿਕੰਦਰ ਮਾੜੀ ਕਾਲਾ ਹਮੀਦੀ ਸਿਕੰਦਰ ਮਾੜੀ ਪੁੱਜੇ ਬਾਈ ਸਿਕੰਦਰ। ਬੈਸਟ ਦਾ ਦੇਸੀ ਘਿਓ ਦਾ ਪੀਪਾ ਸੋਨਾ ਬਾਂਦਰ ਡੋੜ, 8 ਟੱਚ 7 ਜੱਫੇ, ਬਹੁਤ ਹੀ ਵਧੀਆ ਪ੍ਰਦਰਸ਼ਨ। ਬਲਵੀਰ ਸਿੰਘ ਜੀ ਹਲਵਾਈ ਸਾਡੇ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ, ਜਿਨ੍ਹਾਂ ਨੇ ਸਾਡੇ ਟੂਰਨਾਮੈਂਟ ਦੇ ਵਿੱਚ ਬਹੁਤ ਹੀ ਇਹਨਾਂ ਨੇ ਸਾਡੇ ਟੂਰਨਾਮੈਂਟ ਦੇ ਟੈਂਟ ਦੀ ਫ੍ਰੀ ਸੇਵਾ ਕੀਤੀ ਆ ਬਲਵੀਰ ਹਲਵਾਈ, ਤੇ ਸਾਨੂੰ ਕਹਿੰਦੇ ਬਈ ਅਸੀਂ ਬੈਸਟ ਜਾਫੀ ਨੂੰ ਦੇਸੀ ਘਿਓ ਦਾ ਟੀਮ ਦੇਣਾ, ਬਹੁਤ ਬਹੁਤ ਧੰਨਵਾਦ।
कृष्ण मेरा वीर ते बलवीर हलवाई जी ते सदामा इन्हां दे परिवार वल्लों बेस्ट जापी सोना बांदर डोड़ नू रेटर भाई काला हमीदी ते सिकंदर माड़ी ए ज्वाइंट निकलिया काला हमीदी आला ते माड़ी आला सिकंदर सिकंदर माड़ी चलो कोई ना बांड ला। हां जी दूजा बीपा टूरनामेंट कमेटी वालों भाई राजू भाई दीपा प्रधान इथे पुजो जी हां जी दूजा बीपा बेस्ट रेडर दा काला हमीदी ते सिकंदर माड़ी नू दिता जा रहा है बहुत बहुत धन्यवाद आजो भाई जी को साहब दीपा प्रधान ते राजू ए दोने मेरे वीर बेस्ट रेडर नू टूरनामेंट कमेटी वालों बेस्ट रेडर नू दिता जा रहा क्या होदा पीपा बहुत बहुत धन्यवाद बहुत बहुत धन्यवाद काबल यूएसए माणू के गल इन्हां वीरां ने सानू सहयोग दिता ते अगे तो भी इसे तरह ही सहयोग देंगे आत्मा सिंह गोदी जिन्होंने लंगर दी फ्री सेवा की उन्हां दा भी बहुत बहुत धन्यवाद साडी टूरनामेंट प्रबंधक कमेटी ते समूह नगर निवासियों वालों हां जी साडी समूह टूरनामेंट कमेटी वालों सारे नगर राउके कला समूह एनआरआई वीर जिन्ना भी बाहरले इलाके दे वीरां ने सानू सहयोग दिता उन्हां दा इत्थे पुज्जण ते असी बहुत बहुत धन्नवाद करदे आं ते सहयोग देण ते बहुत बहुत धन्नवाद करदे आं ते समूह खिडारियां दा समूह कोच साहिबान दा साडे राउके कलां दे कबड्डी कप ते पुज्जण ते धन्नवाद करदे आं ते समूह वीरां तों अगे वास्तों भी असी आस करदे आं कि इसे तरह तुसी सहयोग दिंदे रहोगे ते असी इस तों भी वड्डा कप गांह नूं करवावांगे बहुत बहुत धन्नवाद समूह नगर पंचायत वालों समूह टूरनामेंट कमेटी वालों समूह नगर निवासियों वालों सारे नगर निवासियों का समूह इलाके वालों का दर्शक वीर का आले दुआले के पिंड वालों का बहुत बहुत धन्नवाद समूह खिडारियों का 75 किलो वालों का 65 किलो वालों का कबड्डी अकैडमी के दूरों दरेडे पुजे सारे खिडारियों का क्योंकि अज माझे मालवे दुआबे सारे इरगे तो अपने नगर के जो खिडारी पुजे आ उन्हों का बहुत बहुत धन्नवाद समूह कमेटी वालों दीपा प्रधान राजू धर्मेंद्र सारे मेरे वीर वालों जिन्होंने 2 महीने हो गए अपने पिंड दे विच्चों अगराई करदियां नूं उन्हां नूं सहयोग भी दित्ता तुसी ते उन्हां नाल माण भी वधाया ते अज इत्थे टूरनामेंट ते पहुंच के उन्हां दा बहुत ज्यादा माण वधाया है ते असीं आस करदे हां कि कबड्डी कप इसे तरह जारी रहूगा ते तुहाडे सहयोग दे नाल इस तों भी ਵੱਧ ਕੇ ਅਗਲਾ ਕਬੱਡੀ ਕੱਪ ਅਸੀਂ ਕਰਵਾਵਾਂਗੇ ਸਮੂਹ ਨਗਰ ਨਿਵਾਸੀਆਂ ਦਾ ਦੁਬਾਰਾ ਫੇਰ ਸਮੂਹ ਨਗਰ ਪੰਚਾਇਤ ਟੂਰਨਾਮੈਂਟ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਕਲੱਬਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਬਲੇ ਇੱਥੋਂ ਨਿਹਾ